ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਹਾਡਾ ਜਿਹੜਾ NMS ਦਾ ਪੇਪਰ ਸੀ, ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਐਗਜ਼ਾਮੀਨੇਸ਼ਨ 2020, ਬਹੁਤ ਵਧੀਆ ਹੋਇਆ ਹੈ ਨਾ। ਆਪਾਂ ਅੱਜ ਤੁਹਾਡੇ ਇਸ ਪੇਪਰ ਦੇ ਵਿੱਚੋਂ ਜੋ ਸਮਾਜਿਕ ਸਿੱਖਿਆ ਦੇ ਤੁਹਾਨੂੰ ਪ੍ਰਸ਼ਨ ਆਏ ਸੀ, ਉਹਨਾਂ ਦੇ ਤੁਹਾਨੂੰ ਉੱਤਰ ਦੱਸਾਂਗੇ, ਠੀਕ ਹੈ? ਆਪਾਂ ਹੱਲ ਕਰਾਂਗੇ। ਅਤੇ ਵੈਸੇ ਮੈਨੂੰ ਉਮੀਦ ਹੈ ਪ੍ਰਸ਼ਨ ਬਹੁਤ ਸੌਖੇ ਸੀ ਅਤੇ ਤੁਸੀਂ ਸਾਰੇ ਦੇ ਸਾਰੇ ਹੱਲ ਕੀਤੇ ਹੋਣੇ। ਚਲੋ ਫਿਰ ਵੀ ਇੱਕ ਵਾਰ ਤੁਸੀਂ ਆਪਣੇ ਜਿਹੜੇ ਉੱਤਰ ਹੈਗੇ ਇਹਨਾਂ ਦੇ ਨਾਲ ਮਿਲਾ ਲਿਓ, ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਜਿਹੜੇ 30 ਦੇ ਵਿੱਚੋਂ ਕਿੰਨੇ ਜਿਹੜੇ ਪ੍ਰਸ਼ਨ ਹੈਗੇ ਉਹ ਸਹੀ ਹੈਗੇ। ਆਓ ਆਪਾਂ ਸ਼ੁਰੂ ਕਰੀਏ। ਹਾਂਜੀ ਬੇਟਾ, ਇਹਦੇ ਵਿੱਚੋਂ ਪਹਿਲਾ ਕੁਐਸਚਨ ਸੀ ਤੁਹਾਡਾ, ਸਿਲੀਕੋਨ ਘਾਟੀ ਕਿੱਥੇ ਹੈ? ਸਿਲੀਕੋਨ ਘਾਟੀ ਕਿੱਥੇ ਸਥਿਤ ਹੈ ਬੇਟਾ? ਕੈਲੀਫੋਰਨੀਆ। ਤਾਂ ਇਹਦੇ ਲਈ ਜਿਹੜੀ ਸਾਡੀ ਦੂਜੀ ਆਪਸ਼ਨ ਸੀ ਉਹ ਸਹੀ ਆ ਜਾਣੀ ਸੀ, ਸਿਲੀਕੋਨ ਘਾਟੀ ਕੈਲੀਫੋਰਨੀਆ ਦੇ ਵਿੱਚ ਹੈ। ਨੈਕਸਟ ਆਪਣਾ ਪ੍ਰਸ਼ਨ ਸੀ, ਅਰੇਬਿਕਾ ਰੋਬਸਟਾ ਲਾਇਬੈਰੀਕਾ ਕਿਸ ਦੀਆਂ ਕਿਸਮਾਂ ਨੇ? ਹਾਂਜੀ ਬੇਟਾ, ਤਿੰਨੋਂ ਕਿਹਦੀਆਂ ਕਿਸਮਾਂ ਨੇ? ਕੌਫੀ ਦੀਆਂ, ਠੀਕ ਹੈ। ਅਰੇਬਿਕਾ ਰੋਬਸਟਾ ਲਾਇਬੈਰੀਕਾ ਕਿਹਦੀਆਂ ਕਿਸਮਾਂ ਨੇ ਬੇਟਾ? ਇਹ ਕੌਫੀ ਦੀਆਂ। ਹਾਂਜੀ, ਅਗਲਾ ਪ੍ਰਸ਼ਨ ਸੀ, ਇਹ ਵੀ ਸੌਖਾ ਸੀ ਜਿਹਨਾਂ ਪੜ੍ਹਿਆ, USA ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈਗਾ, ਠੀਕ ਹੈ। ਸੰਯੁਕਤ ਰਾਜ ਅਮਰੀਕਾ ਦਾ ਇੱਕ ਸ਼ਹਿਰ ਹੈਗਾ ਜਿਹਨੂੰ ਮੋਟਰ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈਗਾ, ਉਹਦਾ ਨਾਮ ਹੈ ਬੇਟਾ ਡੈਟਰੀਅਟ। ਕੀ ਨਾਮ ਉਹਦਾ? ਡੈਟਰੀਅਟ। ਤਾਂ ਇਹਦੇ ਲਈ ਸਾਡੀ ਜਿਹੜੀ ਤੀਸਰੀ ਆਪਸ਼ਨ ਸੀ ਉਹ ਸਹੀ ਆ ਜਾਣੀ ਸੀ। ਹਾਂਜੀ, ਪ੍ਰਸ਼ਨ ਨੰਬਰ 154 ਸੀ, ਚਾਵਲ ਮੁੱਖ ਤੌਰ 'ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈਗਾ? ਜੋ ਚਾਵਲ ਦੀ ਫਸਲ ਹੈ ਉਹ ਕਿਹੜੇ ਦੇਸ਼ਾਂ ਦੀ ਫਸਲ ਹੈ ਬੇਟਾ? ਕਿਹੋ ਜਿਹਾ ਜਲਵਾਯੂ ਚਾਹੀਦਾ ਉਹਨੂੰ? ਉਸ ਨੂੰ ਜਲਵਾਯੂ ਚਾਹੀਦਾ ਵੀ ਗਰਮ ਅਤੇ ਖੁਸ਼ਕ, ਠੀਕ ਹੈ। ਤਾਂ ਇਹਦੇ ਲਈ ਜਿਹੜੀ ਸਾਡੀ ਦੂਜੀ ਆਪਸ਼ਨ ਸੀ ਉਹ ਸਹੀ ਆ ਜਾਣੀ ਸੀ। ਹਾਂਜੀ, ਅਗਲਾ ਪ੍ਰਸ਼ਨ ਸੀ, ਸੰਸਾਰ ਪ੍ਰਸਿੱਧ ਕੋਰਨ ਪੇਟੀ ਕਿਹੜੇ ਦੇਸ਼ ਵਿੱਚ ਸਥਿਤ ਹੈ? ਹਾਂਜੀ ਬੇਟਾ, ਕੋਰਨ ਪੇਟੀ ਕਿਹੜੇ ਦੇਸ਼ ਵਿੱਚ ਸਥਿਤ ਹੈਗੀ? USA ਦੇ ਵਿੱਚ, ਠੀਕ ਹੈ। ਇਹ ਮੱਕੀ ਦੀ ਫਸਲ ਨਾਲ ਸੰਬੰਧਿਤ ਹੈ ਵੀ ਜਿਹੜੀ ਕੋਰਨ ਪੇਟੀ ਹੈ, ਤਾਂ ਮੱਕੀ ਕਿੱਥੇ ਉਗਾਈ ਜਾਂਦੀ ਹੈਗੀ? USA ਦੇ ਵਿੱਚ। ਤਾਂ ਇਹਦੇ ਲਈ ਸਾਡੀ ਜਿਹੜੀ ਫੋਰਥ ਆਪਸ਼ਨ ਸੀ ਉਹ ਸਹੀ ਆ ਜਾਣੀ ਸੀ। ਪ੍ਰਸ਼ਨ ਨੰਬਰ 156, ਰੇਸ਼ਿਆਂ ਦੇ ਆਧਾਰ 'ਤੇ ਕਪਾਹ ਨੂੰ ਆਮ ਤੌਰ 'ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈਗਾ? ਹਾਂਜੀ ਬੇਟਾ, ਰੇਸ਼ਿਆਂ ਦੇ ਆਧਾਰ 'ਤੇ ਕਪਾਹ ਦੀਆਂ ਕਿੰਨੀਆਂ ਕਿਸਮਾਂ ਨੇ? 3। ਤਾਂ ਇਹਦੇ ਲਈ ਸਾਡੀ ਦੂਜੀ ਆਪਸ਼ਨ ਸਹੀ ਆਣੀ ਸੀ। ਕਰਦੇ ਹਾਂ ਨਾ ਆਪਾਂ, ਲੰਮੇ ਰੇਸ਼ੇ ਵਾਲੀ, ਮੱਧ ਰੇਸ਼ੇ ਵਾਲੀ ਅਤੇ ਛੋਟੇ ਰੇਸ਼ੇ ਵਾਲੀ। ਤਾਂ ਰੇਸ਼ੇ ਦੇ ਆਧਾਰ 'ਤੇ ਕਿੰਨੀਆਂ ਕਿਸਮਾਂ ਜਾਣੀਆਂ ਸੀ ਬੇਟਾ? 3। ਹਾਂਜੀ, ਅਗਲਾ ਪ੍ਰਸ਼ਨ ਆਪਣਾ, ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ? ਇਹ ਬਿਲਕੁਲ ਸੌਖਾ ਸੀ ਵੀ, ਜੇ ਤੁਸੀਂ ਥੋੜ੍ਹਾ ਜਿਹਾ ਵੀ ਇਹਨੂੰ ਪੜ੍ਹਿਆ ਹੋਏਗਾ ਤਾਂ ਇਹਦਾ ਉੱਤਰ ਲੱਭਣਾ ਬਿਲਕੁਲ ਸੌਖਾ ਸੀ। ਤੀਸਰਾ ਉੱਤਰ ਇਹਦੇ ਲਈ ਸਹੀ ਹੈ ਬੇਟਾ। ਦੇਖੋ, ਅਸਾਮ ਦੇ ਵਿੱਚ ਚਾਹ ਪੈਦਾ ਕੀਤੀ ਜਾਂਦੀ ਹੈ ਨਾ। ਦੇਖੋ, ਬਾਕੀ ਤਿੰਨਾਂ ਦੇ ਵਿੱਚ ਅਸਾਮ ਨਹੀਂ ਹੈ, ਤਾਂ ਇਹਦਾ ਮਤਲਬ ਸਾਡੀ ਥਰਡ ਆਪਸ਼ਨ ਸਹੀ ਹੈ ਜਾਣੀ ਸੀ, ਅਸਾਮ, ਪੱਛਮੀ ਬੰਗਾਲ ਅਤੇ ਤਮਿਲਨਾਡੂ। ਇਹ ਭਾਰਤ ਦੇ ਵਿੱਚ ਕਿਹੜੇ ਰਾਜ ਨੇ ਬੇਟਾ ਚਾਹ ਪੈਦਾ ਕਰਨ ਵਾਲੇ? ਤਾਂ ਤੀਸਰੀ ਆਪਸ਼ਨ ਇਹਦੇ ਲਈ ਸਹੀ ਸੀ। ਹਾਂਜੀ, ਅਗਲਾ ਪ੍ਰਸ਼ਨ, ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿੱਚ ਸਭ ਤੋਂ ਘੱਟ ਹੈ? ਹਾਂਜੀ ਬੇਟਾ, ਇਹਨਾਂ ਦੇ ਵਿੱਚੋਂ ਅਸੀਂ ਉਹ ਮਿੱਟੀ ਦੱਸਣੀ ਸੀ ਜਿਹਦੇ ਵਿੱਚ ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਘੱਟ ਹੈ। ਤਾਂ ਘੱਟ ਕਿਹੜੇ ਦੇ ਵਿੱਚ ਹੁੰਦੀ ਹੈ ਬੇਟਾ? ਦੇਖੋ, ਕਿਹੜੀ ਮਿੱਟੀ ਦੇ ਵਿੱਚ ਹੁੰਦੀ ਹੈ ਘੱਟ? ਵੀ ਮਾਰੂਥਲੀ ਮਿੱਟੀ ਦੇ ਵਿੱਚ, ਹੈ ਨਾ। ਜੇ ਵੱਧ ਹੁੰਦਾ ਫਿਰ ਆਪਾਂ ਕਾਲੀ ਟਿੱਕ ਕਰਦੇ ਸੀ, ਬਟ ਇੱਥੇ ਸਾਨੂੰ ਇਹਨਾਂ ਨੇ ਘੱਟ ਪੁੱਛਿਆ, ਇਸ ਲਈ ਸਾਡੀ ਜਿਹੜੀ ਚੌਥੀ ਆਪਸ਼ਨ ਇਹਦੇ ਲਈ ਉਹ ਸਹੀ ਹੈ, ਮਾਰੂਥਲੀ ਮਿੱਟੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਆਪਣਾ, ਹੇਠ ਲਿਖਿਆਂ ਵਿੱਚੋਂ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ? ਠੀਕ ਹੈ,
ਪ੍ਰਸ਼ਨ ਜੇਕਰ ਤੁਸੀਂ ਧਿਆਨ ਨਾਲ ਪੜ੍ਹਿਆਗਾ ਤਾਂ ਉੱਤਰ ਲੱਭਣਾ ਬਿਲਕੁਲ ਸੌਖਾ ਸੀ। ਇਹਨਾਂ ਪੁੱਛਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ। ਦੇਖੋ ਤਾਂਬਾ ਖਣਿਜ ਪਦਾਰਥ ਹੈ, ਚਾਂਦੀ ਵੀ ਹੈ ਅਤੇ ਲੋਹਾ ਵੀ ਹੈ, ਕਿਹੜਾ ਨਹੀਂ ਹੈ ਬੇਟਾ? ਕੋਲਾ। ਤਾਂ ਇਹਦੇ ਲਈ ਸਾਡੇ ਕੋਲ ਕਿਹੜੀ ਆਪਸ਼ਨ ਆ ਜਾਣੀ ਸੀ? ਚੌਥੀ ਆਪਸ਼ਨ ਆ ਜਾਣੀ ਸੀ, ਕੋਲਾ ਖਣਿਜ ਪਦਾਰਥ ਨਹੀਂ ਹੈ। ਹਾਂਜੀ ਬੇਟਾ, ਪ੍ਰਸ਼ਨ ਨੰਬਰ 160, ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? ਹਾਂਜੀ, ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ ਬੇਟਾ? ਇਹਦੇ ਲਈ ਪਹਿਲੀ ਆਪਸ਼ਨ ਬਿਲਕੁਲ ਸਹੀ ਸੀ, 32,87,782 ਵਰਗ ਕਿਲੋਮੀਟਰ। ਠੀਕ ਹੈ, ਫਸਟ ਆਪਸ਼ਨ ਇਹਦੇ ਲਈ ਸਹੀ ਸੀ, ਇਹ ਭਾਰਤ ਦਾ ਖੇਤਰਫਲ ਹੈ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ? ਹਾਂਜੀ ਦੇਖੋ, ਇਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਬੇਟਾ? ਐਂਥਰੇਸਾਈਟ ਹੈ ਨਾ, ਕਿਹੜਾ ਕੋਲਾ ਗਾ ਸਭ ਤੋਂ ਵਧੀਆ? ਐਂਥਰੇਸਾਈਟ, ਬਿਲਕੁਲ ਸੌਖਾ ਪ੍ਰਸ਼ਨ ਸੀ ਇਹ ਵੀ। ਠੀਕ ਹੈ, ਤਾਂ ਇਹਦੇ ਲਈ ਸਾਡੀ ਪਹਿਲੀ ਆਪਸ਼ਨ ਸਹੀ ਆ ਜਾਏਗੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ? ਹਾਂਜੀ ਜਿਹੜਾ ਆਧੁਨਿਕ ਕਾਲ ਦਾ ਆਰੰਭ ਸੀ ਬੇਟਾ, ਕਿਹੜਾ ਮੁਗਲ ਬਾਦਸ਼ਾਹ ਦੀ ਇਹਦੀ ਮੌਤ ਤੋਂ ਬਾਅਦ ਹੋਇਆ? ਉਹ ਸੀ ਬੇਟਾ ਔਰੰਗਜ਼ੇਬ। ਠੀਕ ਹੈ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਹੁੰਦਾ ਹੈ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਆਪਣਾ, ਬਕਸਰ ਦੀ ਲੜਾਈ ਕਦੋਂ ਹੋਈ? ਹਾਂਜੀ ਦੇਖੋ ਵੀ, ਪਲਾਸੀ ਦੀ ਲੜਾਈ ਹੋਈ ਸੀ 1757, ਤਾਂ ਇਸਦੇ 7 ਸਾਲਾਂ ਬਾਅਦ ਬਕਸਰ ਦੀ ਲੜਾਈ ਹੋਈ ਸੀ ਬੇਟਾ 1764 ਦੇ ਵਿੱਚ। ਕਦੋਂ ਹੋਈ ਸੀ ਵੀ? 1764, ਤਾਂ ਇਹਦੇ ਲਈ ਸਾਡੀ ਦੂਜੀ ਆਪਸ਼ਨ ਸਹੀ ਸੀ। ਅਗਲਾ ਪ੍ਰਸ਼ਨ, ਕਿਸ ਐਕਟ ਮੁਤਾਬਿਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਮ ਦੇ ਦਿੱਤਾ ਗਿਆ? ਇਸ ਐਕਟ ਦਾ ਨਾਮ ਕੀ ਸੀ? ਹਾਂਜੀ ਬੇਟਾ, ਕਿਹੜਾ ਐਕਟ ਸੀ? ਇਹ ਐਕਟ ਸੀ ਬੇਟਾ 1833 ਦਾ ਚਾਰਟਰ ਐਕਟ, ਚਾਰਟਰ ਐਕਟ 1833। ਤਾਂ ਇਹਦੇ ਲਈ ਸਾਡੀ ਜਿਹੜੀ ਦੂਜੀ ਆਪਸ਼ਨ ਸੀ ਉਹ ਬਿਲਕੁਲ ਸਹੀ ਆ ਜਾਏਗੀ। ਹਾਂਜੀ ਬੇਟਾ, ਪ੍ਰਸ਼ਨ ਨੰਬਰ 165, ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਵੀ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਸੀ, ਉਹਨਾਂ ਦੇ ਵਿੱਚੋਂ ਇੱਕ ਕਮਿਸ਼ਨ ਸੀ ਹੰਟਰ ਕਮਿਸ਼ਨ, ਇਹਦੀ ਸਥਾਪਨਾ ਕੀਤੀ ਗਈ ਸੀ ਬੇਟਾ 1882 ਈਸਵੀ ਦੇ ਵਿੱਚ। ਕਦੋਂ ਕੀਤੀ ਗਈ ਸੀ ਬੇਟਾ? 1882 ਦੇ ਵਿੱਚ। ਤਾਂ ਦੂਜੀ ਆਪਸ਼ਨ ਇਹਦੇ ਲਈ ਸਹੀ ਸੀ। ਹਾਂਜੀ ਅਗਲਾ ਪ੍ਰਸ਼ਨ, 1857 ਈਸਵੀ ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਕੀ ਨਾਮ ਸੀ? ਦੇਖੋ ਬਿਲਕੁਲ ਸੌਖਾ ਪ੍ਰਸ਼ਨ ਹੈ ਨਾ, 1857 ਦੇ ਵਿਦਰੋਹ ਨਾਲ ਸੰਬੰਧਿਤ ਹੈ, ਤਾਂ ਪਹਿਲੇ ਸ਼ਹੀਦ ਦਾ ਕੀ ਨਾਮ ਸੀ ਬੇਟਾ? ਮੰਗਲ ਪਾਂਡੇ। ਠੀਕ ਹੈ, ਤਾਂ ਇਹਦੇ ਲਈ ਸਾਡੀ ਜਿਹੜੀ ਪਹਿਲੀ ਆਪਸ਼ਨ ਸੀ ਉਹ ਸਹੀ ਆ ਜਾਏਗੀ, ਮੰਗਲ ਪਾਂਡੇ। ਹਾਂਜੀ ਬੇਟਾ, ਅਗਲਾ ਪ੍ਰਸ਼ਨ, 1911 ਈਸਵੀ ਵਿੱਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਦੇਖੋ ਇਹ ਵੀ ਬਿਲਕੁਲ ਸਿੰਪਲ ਕੁਐਸਚਨ ਹੈਗਾ, ਜਿਨ੍ਹਾਂ ਨੇ ਪੜ੍ਹਿਆ ਹੈਗਾ। ਤਾਂ 1911 ਦੇ ਵਿੱਚ ਭਾਰਤ ਦੀ ਰਾਜਧਾਨੀ ਕਿਹਨੂੰ ਬਣਾਇਆ ਗਿਆ ਬੇਟਾ? ਦਿੱਲੀ ਨੂੰ। ਠੀਕ ਹੈ, ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਲਕੱਤਾ ਸੀ, ਪਰ 1911 ਤੋਂ ਬਾਅਦ ਭਾਰਤ ਦੀ ਰਾਜਧਾਨੀ ਕਿਹੜਾ ਖੇਤਰ ਬਣ ਗਿਆ? ਦਿੱਲੀ। ਤਾਂ ਇਹਦੇ ਲਈ ਸਾਡੀ ਦੂਜੀ ਆਪਸ਼ਨ ਬਿਲਕੁਲ ਸਹੀ ਆ ਜਾਏਗੀ। ਹਾਂਜੀ ਬੇਟਾ, ਅਗਲਾ ਪ੍ਰਸ਼ਨ, 1746 ਈਸਵੀ ਤੋਂ 1763 ਈਸਵੀ ਤੱਕ ਕਿਹੜੇ ਯੁੱਧ ਹੋਏ ਜਿਨ੍ਹਾਂ ਵਿੱਚ ਅੰਗਰੇਜ਼ ਜੇਤੂ ਰਹੇ ਅਤੇ ਜਿਸ ਨਾਲ ਭਾਰਤ ਵਿੱਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ? ਤਾਂ 1746 ਤੋਂ 1763 ਈਸਵੀ ਤੱਕ ਅੰਗਰੇਜ਼ਾਂ ਦੇ ਕਿਹਨਾਂ ਨਾਲ ਯੁੱਧ ਹੋਏ ਸੀ ਬੇਟਾ? ਫਰਾਂਸੀਸੀਆਂ ਨਾਲ। ਹੈ ਨਾ, ਕਿਹੜੇ ਯੁੱਧ ਹੋਏ ਸੀ ਫਰਾਂਸੀਸੀਆਂ ਦੇ ਨਾਲ? ਤਿੰਨ। ਉਹ ਸੀ ਬੇਟਾ ਕਰਨਾਟਕ ਦੇ ਯੁੱਧ, ਜਿਹਦੇ ਵਿੱਚ ਅੰਗਰੇਜ਼ ਜਿੱਤ ਗਏ ਸੀ। ਹਾਂਜੀ ਅਗਲਾ ਪ੍ਰਸ਼ਨ ਬੇਟਾ,
ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਭਾਰਤ ਉੱਤੇ ਬਾਬਰ, ਹਮਾਯੂ ਅਤੇ ਅਕਬਰ ਵਰਗੇ ਮੁਗਲ ਬਾਦਸ਼ਾਹ ਨੇ ਰਾਜ ਕੀਤਾ? ਤਾਂ ਬੇਟਾ ਦੇਖੋ, ਇਹਨਾਂ ਦੇ ਵਿੱਚੋਂ ਕਿਹੜਾ ਕਾਲ ਸੀ? ਉਸ ਕਾਲ ਦਾ ਨਾਮ ਸੀ ਬੇਟਾ ਮੱਧ ਕਾਲ। ਕੀ ਨਾਮ ਸੀ ਬੇਟਾ ਉਸ ਕਾਲ ਦਾ? ਮੱਧ ਕਾਲ। ਹਾਂਜੀ, ਅਗਲਾ ਪ੍ਰਸ਼ਨ, ਭਾਰਤ ਵਿੱਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ? ਹਾਂਜੀ ਬੇਟਾ ਦੇਖੋ, ਹੇਠ ਲਿਖਿਆਂ ਦੇ ਵਿੱਚੋਂ ਭਾਰਤ ਵਿੱਚ ਅੰਗਰੇਜ਼ਾਂ ਨੇ ਪਹਿਲਾ ਕਿਲ੍ਹਾ ਕਿਹੜਾ ਬਣਵਾਇਆ ਸੀ ਵੀ? ਕੀ ਨਾਮ ਸੀ ਬੇਟਾ ਉਸ ਕਿਲ੍ਹੇ ਦਾ? ਉਸ ਕਿਲ੍ਹੇ ਦਾ ਨਾਮ ਸੀ ਵੀ ਫੋਰਟ ਸੈਂਟ ਜੋਰਜ ਕਿਲ੍ਹਾ। ਫੋਰਟ ਸੈਂਟ ਜੋਰਜ ਕਿਲ੍ਹਾ। ਹਾਂਜੀ ਬੇਟਾ, ਅਗਲਾ ਪ੍ਰਸ਼ਨ ਬਿਲਕੁਲ ਸੌਖਾ ਪ੍ਰਸ਼ਨ ਸੀ, ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ? ਹਾਂਜੀ, ਸਵਦੇਸ਼ੀ ਅੰਦੋਲਨ ਕਦੋਂ ਸ਼ੁਰੂ ਹੋਇਆ ਸੀ ਬੇਟਾ? 1905 ਦੇ ਵਿੱਚ, ਹੈ ਨਾ, ਜਦੋਂ ਬੰਗਾਲ ਦੀ ਵੰਡ ਹੋ ਗਈ ਸੀ। ਠੀਕ ਹੈ, ਤਾਂ ਕਿੱਥੇ ਸ਼ੁਰੂ ਹੋਇਆ? ਬੰਗਾਲ ਦੇ ਵਿੱਚ। ਤਾਂ ਇਹਦੇ ਲਈ ਸਾਡੇ ਕੋਲ ਦੂਜੀ ਆਪਸ਼ਨ ਬੇਟਾ ਬਿਲਕੁਲ ਸਹੀ ਸੀ, 1905 ਦੇ ਵਿੱਚ ਕਿੱਥੇ ਸ਼ੁਰੂ ਹੋਇਆ ਸੀ? ਬੰਗਾਲ ਦੇ ਵਿੱਚ। ਠੀਕ ਹੈ ਜੀ, ਆਓ ਅਗਲਾ ਪ੍ਰਸ਼ਨ, ਆਨੰਦ ਮੱਠ ਨਾਵਲ ਕਿਸ ਨੇ ਲਿਖਿਆ? ਹਾਂਜੀ ਬੇਟਾ, ਜੋ ਆਨੰਦ ਮੱਠ ਨਾਵਲ ਹੈ, ਇਹ ਵੀ ਸੌਖਾ ਪ੍ਰਸ਼ਨ ਸੀ, ਕਿਸ ਨੇ ਲਿਖਿਆ ਸੀ ਵੀ? ਇਹ ਬੰਕਮ ਚੰਦਰ ਚੈਟਰਜੀ, ਹੈ ਨਾ। ਤਾਂ ਇਹਦੇ ਲਈ ਸਾਡੇ ਕੋਲ ਚੌਥੀ ਆਪਸ਼ਨ ਬਿਲਕੁਲ ਸਹੀ ਸੀ, ਆਨੰਦ ਮੱਠ ਨਾਵਲ ਕਿਹਨਾਂ ਦਾ ਬੇਟਾ? ਬੰਕਮ ਚੰਦਰ ਚੈਟਰਜੀ ਦਾ। ਹਾਂਜੀ, ਅਗਲਾ ਪ੍ਰਸ਼ਨ, ਆਜ਼ਾਦੀ ਤੋਂ ਬਾਅਦ ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਰਾਜ ਬਣਿਆ? ਹਾਂਜੀ ਬੇਟਾ, ਆਜ਼ਾਦੀ ਤੋਂ ਬਾਅਦ ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਰਾਜ ਬਣਿਆ? ਬੇਟਾ ਜਦੋਂ ਅਸੀਂ ਸੰਵਿਧਾਨ ਨੂੰ ਲਾਗੂ ਕਰਤਾ, 26 ਜਨਵਰੀ 1950। ਤਾਂ ਸਾਡੇ ਕੋਲ ਇਹਦੇ ਲਈ ਪਹਿਲੀ ਆਪਸ਼ਨ ਬੇਟਾ ਸਹੀ ਆ ਜਾਏਗੀ। ਹਾਂਜੀ, ਅਗਲਾ ਪ੍ਰਸ਼ਨ, 29 ਅਗਸਤ 1949 ਈਸਵੀ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ? ਹਾਂਜੀ ਬੇਟਾ, ਜਿਹੜਾ ਭੀਮ ਰਾਓ ਅੰਬੇਦਕਰ ਸੀ, ਉਹਨਾਂ ਨੂੰ ਕਿਸ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ ਸੀ? ਮਸੌਦਾ ਕਮੇਟੀ ਦੇ। ਅਤੇ ਉਸ ਮਸੌਦਾ ਕਮੇਟੀ ਦੇ ਕਿੰਨੇ ਮੈਂਬਰ ਸੀ ਬੇਟਾ? 7 ਮੈਂਬਰ ਸੀ। ਤਾਂ ਪਹਿਲੀ ਆਪਸ਼ਨ ਸਾਡੇ ਕੋਲ ਇਹਦੇ ਲਈ ਬਿਲਕੁਲ ਸਹੀ ਹੈ, ਭੀਮ ਰਾਓ ਅੰਬੇਦਕਰ ਸਾਹਿਬ ਦੁਆਰਾ ਕਿਹੜੀ ਕਮੇਟੀ ਬਣਾਈ ਗਈ? ਮਸੌਦਾ ਕਮੇਟੀ। ਉਹਦੇ ਮੈਂਬਰ ਕਿੰਨੇ ਸੀ? 7। ਹਾਂਜੀ, ਅਗਲਾ ਪ੍ਰਸ਼ਨ, ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਦੇ ਬੱਚਿਆਂ ਲਈ ਲਾਗੂ ਕੀਤਾ ਗਿਆ ਸੀ? ਹਾਂਜੀ ਬੇਟਾ, ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਜਿਹੜਾ ਅਧਿਕਾਰ ਸੀ, ਉਹ ਕਿਸ ਸਾਲ ਦੇ ਉਮਰ ਤੱਕ ਦੇ ਬੱਚਿਆਂ ਲਈ ਲਾਗੂ ਕੀਤਾ ਗਿਆ ਸੀ? ਬੇਟਾ 14 ਸਾਲ ਤੱਕ ਦੇ ਲਈ। ਠੀਕ ਹੈ, ਇਹ ਵੀ ਬਿਲਕੁਲ ਸੌਖਾ ਸਵਾਲ ਸੀ, ਇਹਦੇ ਲਈ ਸਾਡੇ ਕੋਲ ਦੂਜੀ ਆਪਸ਼ਨ ਸਹੀ ਆ ਜਾਏਗੀ। ਹਾਂਜੀ, ਅਗਲਾ ਪ੍ਰਸ਼ਨ, ਉਹ ਕਿਹੜਾ ਨਿਆਂ ਹੈ ਜਿਸ ਕਾਰਨ ਸਭ ਨੂੰ ਰੋਜ਼ੀ ਰੋਟੀ ਅਤੇ ਬਰਾਬਰ ਦੀ ਮਜ਼ਦੂਰੀ ਲੈਣ ਦਾ ਅਧਿਕਾਰ ਹੈ? ਹਾਂਜੀ ਬੇਟਾ, ਕਿਹੜਾ ਨਿਆਂ ਆ ਜਾਏਗਾ ਇਹਨਾਂ ਦੇ ਵਿੱਚੋਂ? ਆਰਥਿਕ ਨਿਆਂ। ਠੀਕ ਹੈ, ਇਕਨੋਮਿਕ ਜਸਟਿਸ। ਹਾਂਜੀ ਬੇਟਾ, ਨੈਕਸਟ ਕੁਸ਼ਚਨ ਆਪਣਾ, ਸਿਵਲ ਮੁਕੱਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈਗਾ? ਹਾਂਜੀ ਬੇਟਾ, ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਹੈ ਜਿਹੜੀ ਸਿਵਲ ਮੁਕੱਦਮਿਆਂ ਨੂੰ ਸੁਣਦੀ ਹੈ, ਉਹਦਾ ਨਾਮ ਕੀ ਹੈ ਬੇਟਾ? ਉਸ ਨੂੰ ਕਿਹਾ ਜਾਂਦਾ ਹੈਗਾ ਜ਼ਿਲ੍ਹਾ ਕੋਰਟ। ਠੀਕ ਹੈ, ਉਸ ਨੂੰ ਕੀ ਕਹਿੰਦਾ ਬੇਟਾ? ਜ਼ਿਲ੍ਹਾ ਕੋਰਟ। ਹਾਂਜੀ ਬੇਟਾ, ਜ਼ਿਲ੍ਹਾ ਅਦਾਲਤ ਪੰਜਾਬੀ ਦੇ ਵਿੱਚ। ਅਗਲਾ ਪ੍ਰਸ਼ਨ, ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ? ਹਾਂਜੀ ਬੇਟਾ, ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸੰਵਿਧਾਨ ਦੀ ਕਿਸ ਧਾਰਾ ਅਧੀਨ? ਵੀ ਧਾਰਾ 136। ਠੀਕ ਹੈ, ਧਾਰਾ 136 ਦੇ ਅਨੁਸਾਰ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਤਾਂ ਇਸ ਲਈ ਸਾਡੇ ਕੋਲ ਤੀਜੀ ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੋ ਜਾਏਗੀ। ਹਾਂਜੀ ਬੇਟਾ,
179 ਨੰਬਰ ਪ੍ਰਸ਼ਨ, ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਆ? ਦੇਖੋ ਵੀ ਸੌਖਾ ਪ੍ਰਸ਼ਨ ਹੈ, ਰਾਜ ਸਭਾ ਦੇ ਲਈ ਪੰਜਾਬ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ? ਬੇਟਾ 7, ਤੀਜੀ ਆਪਸ਼ਨ ਇਹਦੇ ਲਈ ਸਾਡੇ ਕੋਲ ਸਹੀ ਸੀ। ਹਾਂਜੀ, ਪ੍ਰਸ਼ਨ ਨੰਬਰ 180, ਇਹ ਬੇਟਾ ਥੋੜ੍ਹਾ ਜਿਹਾ ਤੁਹਾਡੇ ਲਈ ਔਖਾ ਸੀ ਲੱਭਣਾ ਦੇ ਵਿੱਚੋਂ, ਵੈਸੇ ਸੌਖਾ ਸੀ ਜਿੰਨਾ ਪੜ੍ਹਿਆ ਗਾ। ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ? ਹਾਂਜੀ ਬੇਟਾ, ਵੈਸੇ ਲੋਕ ਸਭਾ ਦੀ ਵਰਤਮਾਨ ਸਮੇਂ ਦੇ ਵਿੱਚ ਬੇਟਾ 545 ਗਿਣਤੀ ਹੈ, ਪਰ ਜੇਕਰ ਵੱਧ ਤੋਂ ਵੱਧ ਪੁੱਛਿਆ ਜਾਵੇ ਵੀ ਫਿਰ ਗਿਣਤੀ ਇਹਨਾਂ ਦੀ ਹੋ ਸਕਦੀ ਹੈ 552। ਤਾਂ ਇਹਦੇ ਲਈ ਸਾਡੇ ਕੋਲ ਦੂਜੀ ਆਪਸ਼ਨ ਸਹੀ ਸੀ। ਠੀਕ ਹੈ ਬੇਟਾ, ਇਸ ਤਰੀਕੇ ਨਾਲ ਆਪਾਂ ਜਿਹੜੇ ਤੁਹਾਡੇ 30 ਪ੍ਰਸ਼ਨ ਸੀ ਉਹਨਾਂ ਨੂੰ ਹੱਲ ਕੀਤਾ ਗਾ। ਬਹੁਤ ਸੌਖੇ ਪ੍ਰਸ਼ਨ ਸੀ, ਠੀਕ ਹੈ, ਅਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਇਸ ਦੇ ਵਿੱਚੋਂ 30 ਦੇ ਵਿੱਚੋਂ 30 ਜਿਹੜੇ ਨੰਬਰ ਹੈਗੇ ਉਹ ਤੁਸੀਂ ਸਕੋਰ ਕੀਤੇ ਹੋਣੇ, ਅਤੇ ਤੁਹਾਡਾ ਜਿਹੜਾ NMMS ਦਾ ਪੇਪਰ ਹੈਗਾ ਇਹਨਾਂ ਦੇ ਨਾਲ ਕੁਆਲੀਫਾਈ ਹੋ ਜਾਏਗਾ, ਕਿਉਂਕਿ ਦੂਜਾ ਵੀ ਪੇਪਰ ਸੌਖਾ ਸੀ, ਹੈ ਨਾ। ਠੀਕ ਹੈ ਬੇਟਾ, ਥੈਂਕ ਯੂ।